ਪਰ ਇਸ ਗੱਲ ਦੀ ਆੜ ਵਿੱਚ ਕਈ ਸਾਡੇ ਵੀਰ ਜਿਹੜੇ ਉਹ ਬੜਾ ਗਲਤ ਪ੍ਰਚਾਰ ਜਿਹੜਾ ਕਰ ਰਹੇ ਆ। ਨਾਨਕ ਸਾਹਿਬ ਦਾ ਦਰਵਾਜ਼ਾ ਬੰਦ ਹੋ ਗਿਆ, ਰਾੜਾ ਸਾਹਿਬ ਦਾ ਦਰਵਾਜ਼ਾ ਬੰਦ ਹੋ ਗਿਆ, ਜਾਂ ਹਰਖੋਵਾਲ ਦਾ ਦਰਵਾਜ਼ਾ ਬੰਦ ਹੋ ਗਿਆ, ਜਾਂ ਦਮਦਮੀ ਟਕਸਾਲ ਮਹਿਤਾ ਚੌਕ ਦਾ ਦਰਵਾਜ਼ਾ ਬੰਦ ਹੋ ਗਿਆ, ਜਿਹੜੀ ਇੱਕ ਵੀ ਗੁਰਦੁਆਰਾ ਸਾਹਿਬ, ਇੱਕ ਵੀ ਡੇਰਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜਾਂ ਤਖ਼ਤ ਸ਼੍ਰੀ ਕੇਸਗੜ੍ਹ ਸ਼੍ਰੀ ਅਨੰਦਪੁਰ ਸਾਹਿਬ ਜਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਜਾਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਕੀ ਦਰਵਾਜ਼ੇ ਬੰਦ ਹੋ ਗਏ ਆ। ਕੋਈ ਬੰਦਾ ਉਹਨਾਂ ਦੀਆਂ ਗਲਤੀਆਂ ਕਰਕੇ ਸਾਰੇ ਸੰਤ ਮਹਾਂਪੁਰਸ਼ਾਂ ਜਾਂ ਸੰਪਰਦਾਵਾਂ ਨੂੰ ਟਾਰਗੇਟ ਕਰੇ, ਅਸੀਂ ਇਸ ਨਾਲ ਬਿਲਕੁਲ ਸਹਿਮਤ ਨਹੀਂ ਹਾਂ। ਦੇਸ਼ ਵਿਦੇਸ਼ ਵਿੱਚ ਵਸਦੀ ਸਮੂਹ ਸਿੱਖ ਸੰਗਤ ਨੂੰ ਦਾਸ ਵੱਲੋਂ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਪੂਰੇ ਸੰਸਾਰ ਦੇ ਵਿੱਚ ਜੋ ਮਹਾਮਾਰੀ ਫੈਲੀ ਹੋਈ ਆ, ਕਰੋਨਾ ਵਾਇਰਸ COVID-19 ਦੇ ਨਾਂ ਦੀ ਬਿਮਾਰੀ ਜਿਹੜੀ ਇੱਕ ਤੋਂ ਦੂਸਰੇ, ਦੂਸਰੇ ਤੋਂ ਤੀਸਰੇ ਮਨੁੱਖ ਤੱਕ ਸਫ਼ਰ ਕਰਦੀ ਆ, ਅਤੇ ਹਜ਼ਾਰਾਂ ਨਹੀਂ ਲੱਖਾਂ ਲੋਕ ਇਸ ਦੀ ਲਪੇਟ ਦੇ ਵਿੱਚ ਆ ਚੁੱਕੇ ਆ। ਸਭ ਤੋਂ ਪਹਿਲਾਂ ਚੀਨ ਤੋਂ ਸ਼ੁਰੂਆਤ ਹੋਈ, ਉਸ ਤੋਂ ਬਾਅਦ ਇਟਲੀ ਜਿਹੜਾ ਯੂਰਪ ਦੇ ਵਿੱਚ ਉਹ ਵੱਡੀ ਪੱਧਰ 'ਤੇ ਇਸ ਦੀ ਲਪੇਟ ਵਿੱਚ ਆ ਚੁੱਕਿਆ, ਅਤੇ ਹਜ਼ਾਰਾਂ ਜਾਨਾਂ ਜਿਹੜੀਆਂ ਨੇ ਉਹ ਜਾ ਚੁੱਕੀਆਂ ਨੇ। ਇੰਡੀਆ ਦੇ ਵਿੱਚ ਵੀ ਇਸ ਦੀ ਦਸਤਕ ਹੋਈ ਆ, ਬਹੁਤ ਸਾਰੇ ਪੰਜਾਬ ਦੇ ਵਿੱਚ ਵੀ ਕਈ ਮਰੀਜ਼ ਜਿਹੜੇ ਆ ਸਾਹਮਣੇ ਆਏ, ਚੰਡੀਗੜ੍ਹ ਦੇ ਵਿੱਚ ਵੀ ਸਾਹਮਣੇ ਆਏ ਆ। ਡਾਕਟਰਾਂ ਨੇ, ਸਾਇੰਸਦਾਨਾਂ ਨੇ ਆਪੋ ਆਪਣਾ ਪੂਰਾ ਜ਼ੋਰ ਲਾਇਆ ਹੋਇਆ ਕਿ ਇਸ ਬਿਮਾਰੀ ਨੂੰ ਰੋਕਿਆ ਜਾਵੇ। ਸਾਰੇ ਮੁਲਕਾਂ ਦੀਆਂ ਸਰਕਾਰਾਂ, ਚਾਹੇ ਉਹ ਅਮੈਰੀਕਾ ਦੀ ਆ, ਕੈਨੇਡਾ ਦੀ, ਇਟਲੀ ਦੀ, ਇੰਗਲੈਂਡ ਦੀ, ਇੰਡੀਆ ਦੀ, ਸਾਰਿਆਂ ਦੇ ਵੱਲੋਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਸ ਦੀ ਰੋਕਥਾਮ ਵਾਸਤੇ, ਪਰ ਅਜੇ ਤੱਕ ਜਿਹੜੀ ਆ ਉਹ ਸਫਲਤਾ ਹਾਸਲ ਨਹੀਂ ਹੋਈ। ਮੈਂ ਸਮਝਦਾ ਕਿ ਇਹੋ ਜਿਹੇ ਸਮੇਂ ਸਾਨੂੰ ਵਾਹਿਗੁਰੂ ਅਕਾਲ ਪੁਰਖ ਅੱਗੇ ਅਰਦਾਸ ਕਰਨੀ ਚਾਹੀਦੀ ਆ, ਯਤਨ ਕਰਨੇ ਚਾਹੀਦੇ। ਹਰ ਬੰਦੇ ਨੂੰ ਆਪੋ ਆਪਣੀ ਡਿਊਟੀ ਕਰਨੀ ਹੈ। ਗੁਰਦੁਆਰੇ, ਮੰਦਰ, ਮਸਜਿਦ, ਚਰਚ ਵਿੱਚ ਰਹਿਣ ਵਾਲੇ ਮਨੁੱਖ ਨੇ ਉਸ ਵਾਹਿਗੁਰੂ ਅਕਾਲ ਪੁਰਖ ਭਗਵਾਨ ਦੇ ਅੱਗੇ, ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਨੀ ਆ। ਸਾਇੰਸਦਾਨਾਂ ਨੇ ਖੋਜ ਕਰਨੀ ਆ, ਡਾਕਟਰਾਂ ਨੇ ਦਵਾਈਆਂ ਦੀ ਵਰਤੋਂ ਕਰਨੀ, ਹਰੇਕ ਦੀ ਆਪੋ ਆਪਣੀ ਡਿਊਟੀ ਲੱਗੀ ਆ। ਇਟਲੀ ਵਰਗੇ ਮੁਲਕ ਦੇ ਸਰਕਾਰ ਨੇ ਕਹਿ ਦਿੱਤਾ ਕਿ ਅਸੀਂ ਬਹੁਤ ਯਤਨ ਕਰ ਲਿਆ, ਸਾਡੇ ਹੁਣ ਹੱਥ ਖੜ੍ਹੇ ਆ, ਹੁਣ ਤਾਂ ਵਾਹਿਗੁਰੂ ਅਕਾਲ ਪੁਰਖ ਹੀ ਇਸ ਮਹਾਂਮਾਰੀ ਨੂੰ ਰੋਕੇ। ਦੇਖੋ, ਉਹਨਾਂ ਨੇ ਵੀ ਉਸ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਵਾਸਤੇ ਕਿਹਾ। ਦੁਨੀਆ 'ਤੇ ਸਭ ਤੋਂ ਵੱਡੀ ਜਿਹੜੀ ਤਾਕਤ, ਫੌਜੀ ਤਾਕਤ ਵੀ, ਫਾਈਨੈਂਸ਼ਲੀ ਤਾਕਤ ਵੀ, ਅਮੈਰੀਕਾ, ਡੋਨਾਲਡ ਟਰੰਪ, ਉੱਥੋਂ ਦੇ ਰਾਸ਼ਟਰਪਤੀ ਨੇ ਵੀ ਪਿਛਲੇ ਦਿਨੀਂ ਵਾਹਿਗੁਰੂ ਅਕਾਲ ਪੁਰਖ ਅੱਗੇ, ਭਗਵਾਨ ਅੱਗੇ ਅਰਦਾਸ ਕਰਨ ਵਾਸਤੇ ਸਾਰਿਆਂ ਨੂੰ ਪ੍ਰੇਰਿਆ। ਮੰਦਰ, ਮਸਜਿਦ, ਗੁਰਦੁਆਰੇ, ਚਰਚਾਂ ਦੇ ਵਿੱਚ ਅਰਦਾਸ ਉਸ ਵਾਹਿਗੁਰੂ ਅਕਾਲ ਪੁਰਖ ਅੱਗੇ ਕੀਤੀ ਜਾਵੇ। ਤਾਂ ਮੈਂ ਸਮਝਦਾ ਇਹੋ ਜਿਹੇ ਸਮੇਂ ਸਾਨੂੰ ਸਾਰਿਆਂ ਨੂੰ, ਚਾਹੇ ਕੋਈ ਹਿੰਦੂ ਆ, ਸਿੱਖ ਆ, ਮੁਸਲਮਾਨ, ਇਸਾਈ, ਬੋਧੀ, ਜੈਨੀ ਆ, ਚਾਹੇ ਕੋਈ ਅਮੈਰੀਕਾ, ਕੈਨੇਡਾ, ਇੰਗਲੈਂਡ, ਇਟਲੀ ਜਾਂ ਇੰਡੀਆ ਦੀ ਧਰਤੀ 'ਤੇ ਵੱਸਦਾ, ਕਿਤੇ ਵੀ ਵੱਸਦਾ, ਉਸ ਨੂੰ ਵਾਹਿਗੁਰੂ ਅਕਾਲ ਪੁਰਖ ਅੱਗੇ ਅਰਦਾਸ ਕਰਨੀ ਹੈ, ਚਾਹੀਦੀ ਆ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉੱਪਰੈ ਤਿੱਤੈ ਲਿਹੋ ਉਪਾਰ। ਸਾਨੂੰ ਸਾਰਿਆਂ ਨੂੰ ਸਰਬੱਤ ਦਾ ਭਲਾ ਮੰਗਦੇ ਹੋਏ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਸਿਧਾਂਤ ਦਿੱਤਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ, ਸਰਬੱਤ ਦੇ ਭਲੇ ਵਾਸਤੇ, ਜਗਤ ਜਲੰਦੇ ਦੀ ਰੱਖਿਆ ਵਾਸਤੇ ਸਾਨੂੰ ਸਾਰਿਆਂ ਨੂੰ ਵਾਹਿਗੁਰੂ ਅਕਾਲ ਪੁਰਖ ਭਗਵਾਨ ਅੱਗੇ ਅਰਦਾਸ ਕਰਨੀ ਚਾਹੀਦੀ ਹੈ। ਸਾਰਿਆਂ ਨੂੰ ਆਪੋ ਆਪਣੀਆਂ ਡਿਊਟੀਆਂ ਕਰਨੀਆਂ ਚਾਹੀਦੀਆਂ। ਸਰਕਾਰਾਂ ਦੇ ਵੱਲੋਂ ਇਕੱਠਾਂ 'ਤੇ ਪਾਬੰਦੀ ਲਾਈ ਗਈ ਆ, ਸਰਕਾਰੀ ਦਫ਼ਤਰਾਂ ਦੇ ਵਿੱਚ ਪਾਬੰਦੀ ਲਾਈ ਗਈ ਆ। ਬਹੁਤ ਸਾਰੇ ਜਿਹੜੇ ਡਾਕਟਰ ਨੇ ਉਹਨਾਂ ਨੇ ਵੀ ਕਿਹਾ ਸਾਡੇ ਨਾਲ ਫੋਨ ਦੇ ਉੱਤੇ ਜਿਹੜੀ ਆ ਗੱਲਬਾਤ ਕਰਕੇ ਜਾਣਕਾਰੀ ਲਈ ਜਾਵੇ, ਕੋਈ ਵੀ ਕਿਸੇ ਨੂੰ ਪ੍ਰੋਬਲਮ ਆ, ਬਹੁਤ ਜ਼ਿਆਦਾ ਜ਼ਰੂਰਤ ਆ, ਤਾਂ ਉਸ ਵੇਲੇ ਡਾਕਟਰ ਦੇ ਕੋਲ ਜਿਹੜਾ ਮਰੀਜ਼ ਆ ਪਹੁੰਚੇ, ਨਹੀਂ ਤਾਂ ਆਪੋ ਆਪਣੇ ਘਰਾਂ 'ਚ ਰਹਿ ਜਾਏ। ਇੰਡੀਆ ਦੇ ਵਿੱਚ ਜਨਤਾ ਕਰਫਿਊ ਜਿਹੜਾ ਅੱਜ 22 ਮਾਰਚ ਨੂੰ ਜਿਹੜਾ ਲਾਇਆ ਗਿਆ, ਮੈਂ ਸਮਝਦਾ ਇਹ ਵੀ ਇਸ ਦੀ ਰੋਕਥਾਮ ਵਾਸਤੇ ਕਿ ਮਨੁੱਖ ਆਪਸ ਵਿੱਚ ਨਾ ਮਿਲਣ, ਇਕੱਠ ਨਾ ਹੋਵੇ, ਅਤੇ ਇੱਕ ਤੋਂ ਦੂਸਰੇ 'ਤੇ ਬਿਮਾਰੀ ਨਾ ਫੈਲੇ। ਕਿਸ ਨੂੰ ਇਹ ਬਿਮਾਰੀ ਆ ਪਤਾ ਨਹੀਂ, ਅਤੇ ਟੈਸਟ ਤੋਂ ਬਾਅਦ ਹੀ ਪਤਾ ਲੱਗਦਾ। ਸੋ ਇਸ ਕਰਕੇ ਸਾਰੇ ਜਿਹੜੇ ਯਤਨ ਆ ਸ਼ਲਾਘਾਯੋਗ ਆ, ਅਤੇ ਸਾਰਿਆਂ ਨੇ ਆਪੋ ਆਪਣੀ ਡਿਊਟੀ ਕਰਨੀ ਹੈ। ਤਾਂ ਮੈਂ ਸਮਝਦਾ ਇਹੋ ਜਿਹੇ ਸਮੇਂ ਜੋ ਗੁਰਦੁਆਰਿਆਂ ਦੇ ਵੱਲੋਂ, ਧਾਰਮਿਕ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਵੱਲੋਂ ਫੈਸਲਾ ਲਿਆ ਗਿਆ, ਉਹ ਵੀ ਬੜਾ ਸ਼ਲਾਘਾਯੋਗ ਆ। ਜਿਵੇਂ ਮੈਂ ਹੁਣ ਇੰਗਲੈਂਡ ਦੀ ਧਰਤੀ 'ਤੇ ਹਾਂ, ਅਤੇ ਇੱਥੇ ਜੋ ਸਿੰਘ ਸਭਾਵਾਂ ਨੇ, ਜੋ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ, ਉਹਨਾਂ ਨੇ ਵੀ ਫੈਸਲਾ ਲਿਆ ਕਿ ਗੁਰੂ ਘਰਾਂ ਦੇ ਦਰਵਾਜ਼ੇ ਖੁੱਲ੍ਹੇ ਰਹਿਣਗੇ, ਸੰਗਤਾਂ ਆਉਣ, ਗੁਰੂ ਸਾਹਿਬ ਦੇ ਦਰਸ਼ਨ ਕਰਨ, ਰੋਜ਼ਾਨਾ ਦੀ ਮਰਿਆਦਾ, ਸੁਬਾਹ ਦੇ ਨਿਤਨੇਮ, ਸ਼ਾਮ ਦੇ ਨਿਤਨੇਮ ਕੰਟੀਨਿਊ ਚੱਲਣਗੇ, ਪਰ ਸੰਗਤਾਂ ਇਕੱਤਰ ਨਾ ਹੋਣ। ਵੱਡੇ ਪ੍ਰੋਗਰਾਮ ਜਿਹੜੇ ਆ ਉਹਨਾਂ ਦੇ ਉੱਪਰ, ਚਾਹੇ ਉਹ ਐਤਵਾਰ ਦੇ ਪ੍ਰੋਗਰਾਮ ਆ, ਚਾਹੇ ਕੋਈ ਉਹ ਵਿਸ਼ੇਸ਼ ਪ੍ਰੋਗਰਾਮ ਆ,
ਉਹਨਾਂ ਨੂੰ ਜਿਹੜਾ ਕੁਝ ਸਮੇਂ ਦੇ ਵਾਸਤੇ ਰੋਕਿਆ ਗਿਆ। ਬਹੁਤ ਸ਼ਲਾਘਾਯੋਗ ਉਪਰਾਲਾ ਉਹਨਾਂ ਦਾ। ਸੰਗਤਾਂ ਗੁਰੂ ਅੱਗੇ ਅਰਦਾਸ ਕਰਨ ਵਾਸਤੇ ਜਾ ਰਹੀਆਂ ਨੇ, ਦਰਸ਼ਨ ਦਦਾਰੇ ਕਰਨ ਵਾਸਤੇ ਜਾ ਰਹੀਆਂ ਨੇ ਸੰਗਤਾਂ, ਕਿਉਂਕਿ ਝੱਖੜ ਝਾਂਗੀ ਮੀਂਹੋਂ ਵਰਸਾ ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬੁਖਾਰਾ ਗੁਰਸਿੱਖ ਲੰਘ ਗੁਰੂ ਪੈ ਜਾਈ। ਜਿਨ੍ਹਾਂ ਦੀ ਸਤਿਗੁਰ ਦੇ ਨਿੱਤ ਦਰਸ਼ਨਾਂ ਦੀ ਕਿ ਗੁਰੂ ਘਰ ਜਾ ਕੇ ਨਿੱਤ ਦਰਸ਼ਨ ਕਰਨੇ ਆ, ਉਹਨਾਂ ਦੀ ਇੱਛਾ ਵੀ ਪੂਰੀ ਹੋਊ, ਉਹਨਾਂ ਦੀ ਮਿੱਤ ਮਰਿਆਦਾ ਵੀ ਪੂਰੀ ਹੋਊ, ਉਹ ਗੁਰੂ ਘਰ ਵੀ ਜਾਣਗੇ, ਦਰਸ਼ਨ ਵੀ ਕਰਨਗੇ। ਕਿਉਂਕਿ ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇਹੋਂ, ਚੱਲਾਂ ਤਾਂ ਭਿੱਜਿਆ ਕੰਬਲੀ ਰਹਾਂ ਤਾਂ ਟੁੱਟੇ ਨੇਹੋਂ। ਉਹਨਾਂ ਦੀ ਸ਼ਰਧਾ ਭਾਵਨਾ ਵੀ ਪੂਰਨ ਹੋਵੇਗੀ ਔਰ ਇਸ ਮਹਾਂਮਾਰੀ ਨੂੰ ਰੋਕਣ ਵਾਸਤੇ ਜਿਹੜਾ ਇਕੱਠਾਂ 'ਤੇ ਪਾਬੰਦੀ ਆ ਉਹ ਵੀ ਸ਼ਲਾਘਾਯੋਗ ਆ ਮੈਂ ਸਮਝਦਾ। ਪਰ ਇਸ ਗੱਲ ਦੀ ਆੜ ਵਿੱਚ ਕਈ ਸਾਡੇ ਵੀਰ ਜਿਹੜੇ ਉਹ ਬੜਾ ਗਲਤ ਪ੍ਰਚਾਰ ਜਿਹੜਾ ਕਰ ਰਹੇ ਆ, ਉਹ ਕਹਿ ਰਹੇ ਆ ਦੇਖੋ ਹੁਣ ਗੁਰਦੁਆਰਿਆਂ ਦੇ ਦਰਵਾਜ਼ੇ ਬੰਦ ਹੋਣਗੇ, ਡਾਕਟਰਾਂ ਦੇ ਬੂਹੇ ਖੁੱਲ੍ਹੇ ਰਹਿਣ। ਕਿਹੜੇ ਗੁਰਦੁਆਰੇ ਦਾ ਦਰਵਾਜ਼ਾ ਬੰਦ ਹੋਇਆ, ਕਿਹੜੇ ਸਾਧੂ ਸੰਤ ਮਹਾਂਪੁਰਸ਼ ਦੇ ਡੇਰੇ ਦਾ ਦਰਵਾਜ਼ਾ ਬੰਦ ਹੋਇਆ, ਮੈਨੂੰ ਇੱਕ ਵੀ ਦੱਸਿਆ ਜਾਵੇ। ਮੈਂ ਇੰਡੀਆ ਤੋਂ ਜਾਣਕਾਰੀ ਲਈ, ਮੈਂ ਕਿਹਾ ਵੀ ਪਤਾ ਕਰੋ। ਹਾਂ, ਨਾਨਕਸਰ ਦਾ ਦਰਵਾਜ਼ਾ ਬੰਦ ਹੋ ਗਿਆ, ਰਾੜਾ ਸਾਹਿਬ ਦਾ ਦਰਵਾਜ਼ਾ ਬੰਦ ਹੋ ਗਿਆ, ਜਾਂ ਹਰਖੋਵਾਲ ਦਾ ਦਰਵਾਜ਼ਾ ਬੰਦ ਹੋ ਗਿਆ, ਜਾਂ ਦਮਦਮੀ ਟਕਸਾਲ ਮਹਿਤਾ ਚੌਕ ਦਾ ਦਰਵਾਜ਼ਾ ਬੰਦ ਹੋ ਗਿਆ, ਜਾਂ ਕਾਰ ਸੇਵਾ ਵਾਲੇ ਮਹਾਂਪੁਰਖਾਂ ਦੇ ਸਥਾਨਾਂ ਦੇ ਦਰਵਾਜ਼ੇ ਬੰਦ ਹੋ ਗਏ ਆ, ਤਾਂ ਮੈਨੂੰ ਜਾਣਕਾਰੀ ਮਿਲੀ ਇੱਕ ਵੀ ਗੁਰਦੁਆਰਾ ਸਾਹਿਬ, ਇੱਕ ਵੀ ਡੇਰਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ, ਜਾਂ ਤਖ਼ਤ ਸ੍ਰੀ ਕੇਸਗੜ੍ਹ ਸ੍ਰੀ ਅਨੰਦਪੁਰ ਸਾਹਿਬ, ਜਾਂ ਸ੍ਰੀ ਅਕਾਲ ਤਖ਼ਤ ਸਾਹਿਬ, ਜਾਂ ਤਖ਼ਤ ਸ੍ਰੀ ਦਮਦਮਾ ਸਾਹਿਬ, ਕੀ ਦਰਵਾਜ਼ੇ ਬੰਦ ਹੋ ਗਏ ਆ? ਤਾਂ ਮੈਨੂੰ ਜਾਣਕਾਰੀ ਮਿਲੀ ਇੱਕ ਵੀ ਦਰਵਾਜ਼ਾ ਬੰਦ ਨਹੀਂ ਹੋਇਆ। ਉੱਥੇ ਵੀ ਪ੍ਰਬੰਧਕਾਂ ਨੇ ਇਹੀ ਅਨਾਊਂਸ ਕੀਤਾ ਕਿ ਸੰਗਤਾਂ ਲਈ ਦਰਵਾਜ਼ੇ ਖੁੱਲ੍ਹੇ ਆ, ਗੁਰੂ ਘਰਾਂ ਦੇ ਦਰਵਾਜ਼ੇ ਬੰਦ ਨਹੀਂ ਹੋਣਗੇ, ਸੰਗਤਾਂ ਆਉਣ, ਗੁਰੂ ਦੇ ਦਰਸ਼ਨ ਦਦਾਰੇ ਕਰਨ, ਅਰਦਾਸ ਕਰਨ ਗੁਰੂ ਦੇ ਚਰਨਾਂ 'ਚ ਅਤੇ ਵਾਪਸ ਜਾਣ। ਵੱਡੇ ਇਕੱਠਾਂ 'ਤੇ ਪਾਬੰਦੀ ਲਾਈ ਗਈ ਆ। ਜਿਹੜੇ ਝਾੜ ਫੂਕ ਕਰਨ ਵਾਲੇ ਸੀ, ਪੁੱਛਾਂ ਦੇਣ ਵਾਲੇ, ਫੂਕਾਂ ਮਾਰਨ ਵਾਲੇ, ਉਹਨਾਂ ਦੇ ਹਮੇਸ਼ਾ ਖਿਲਾਫ ਰਹੇ ਹਾਂ। ਉਹਨਾਂ ਲੋਕਾਂ ਦੀ ਅੱਜ ਜਿਹੜੀ ਤਾਕਤ ਆ ਉਹ ਕਿੱਥੇ ਆ, ਇਹ ਅਸੀਂ ਵੀ ਕਹਿੰਦੇ ਹਾਂ। ਪਰ ਕੋਈ ਬੰਦਾ ਉਹਨਾਂ ਦੀਆਂ ਗਲਤੀਆਂ ਕਰਕੇ ਸਾਰੇ ਸੰਤ ਮਹਾਂਪੁਰਸ਼ਾਂ ਜਾਂ ਸੰਪਰਦਾਵਾਂ ਨੂੰ ਟਾਰਗੇਟ ਕਰੇ, ਅਸੀਂ ਇਸ ਨਾਲ ਬਿਲਕੁਲ ਸਹਿਮਤ ਨਹੀਂ ਹਾਂ। ਜਿਹੜੇ ਲੋਕ ਪੁੱਛਾਂ ਦਿੰਦੇ ਸੀ, ਗੁਰੂ ਸਾਹਿਬ ਦੇ ਸਰੂਪ ਰੱਖ ਕੇ ਕਈਆਂ ਨੇ ਡੋਲੀਆਂ ਖੜਾਉਣ ਦਾ ਕੰਮ ਆਰੰਭਿਆ ਹੋਇਆ ਸੀ, ਅਤੇ ਆਪ ਸੰਗਤਾਂ ਨੂੰ ਵੀ ਪਤਾ ਕਿ ਅਸੀਂ ਉਹਨਾਂ ਤੋਂ 550 ਦੇ ਸਰੂਪ ਕਰੀਬ ਸਰੂਪ ਜਿਹੜੇ ਸੀ ਉਹਨਾਂ ਡੇਰਿਆਂ 'ਚੋਂ ਅਸੀਂ ਗੁਰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੁਭਾਏਮਾਨ ਕੀਤੇ ਸੀ, ਉਹਨਾਂ ਦਾ ਇਹ ਝਾੜ ਫੂ ਕੇ ਪੁੱਛਾਂ ਦੇਣ ਦਾ ਕੰਮ ਬੰਦ ਕਰਵਾਇਆ ਸੀਗਾ। ਜਿਹੜੇ ਕੇਵਲ ਗੁਰੂ ਸਾਹਿਬ ਦੇ ਨਾਂ 'ਤੇ ਤੋਰੀ ਫੁਲਕਾ ਚਲਾਉਂਦੇ ਸੀ, ਲੋਕਾਂ ਨੂੰ ਗੁੰਮਰਾਹ ਕਰਦੇ ਸੀ ਭੂਤ ਕੱਢਣ ਦੇ ਨਾਂ 'ਤੇ, ਪੁੱਛਾਂ ਦੇਣ ਦੇ ਨਾਂ 'ਤੇ, ਜਾਂ ਦੁੱਖ ਤਕਲੀਫਾਂ ਦੂਰ ਕਰਨ ਦੇ ਨਾਂ 'ਤੇ, ਮੈਂ ਸਮਝਦਾ ਗੁਰੂ ਅੱਗੇ ਅਰਦਾਸ ਕਰਨੀ ਜਿਹੜੀ ਆ ਉਹ ਹਰ ਸਿੱਖ ਦੀ ਹਰ ਸਿੱਖ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਦਿੱਤੀ ਆ ਕਿ ਗੁਰਪੈ ਅਰਦਾਸ ਕਰ, ਗੁਰੂ ਅੱਗੇ ਅਰਦਾਸ ਕਰਨੀ। ਤੁਹਾਡੇ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਂ ਨਾ ਜਾਣੇ ਮੇਰਾ। ਜਿਹੜੇ ਕਈ ਲੋਕ ਗਲਤ ਤਰੀਕੇ ਦੇ ਨਾਲ ਸਾਡੇ ਗੁਰਦੁਆਰਿਆਂ 'ਤੇ ਜਾਂ ਉਹਨਾਂ ਸੰਤ ਮਹਾਂਪੁਰਸ਼ਾਂ 'ਤੇ ਜਿਹੜੇ ਆਪਣੀ ਡਿਊਟੀ ਕਰ ਰਹੇ ਆ ਧਰਮ ਪ੍ਰਚਾਰ ਪ੍ਰਸਾਰ ਦੀ, ਗੁਰੂ ਸਾਹਿਬ ਦੀ ਸੇਵਾ ਦੀ, ਉਹਨਾਂ ਨੂੰ ਟਾਰਗੇਟ ਕਰ ਰਹੇ ਆ, ਮੈਂ ਉਹਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਾ ਵਾਂ। ਜਿਹੜੇ ਕਹਿ ਰਹੇ ਆ ਕਿ ਅੱਜ ਗੁਰਦੁਆਰਿਆਂ ਦੇ ਦਰਵਾਜ਼ੇ ਬੰਦ ਹੋਣਗੇ, ਡਾਕਟਰਾਂ ਦੇ ਖੁੱਲ੍ਹੇ ਰਹਿਣਗੇ, ਜਿਹੜੀਆਂ ਸਰਕਾਰਾਂ ਸੀ ਉਹਨਾਂ ਨੇ ਵੀ ਕਹਿ ਦਿੱਤਾ ਕਿ ਵਾਹਿਗੁਰੂ ਅਕਾਲ ਪੁਰਖ ਦੇ ਹੱਥ ਆ, ਹੁਣ ਉਹੀ ਇਸ ਮਹਾਂਮਾਰੀ ਨੂੰ ਰੋਕ ਸਕਦਾ, ਸਾਡੇ 'ਤੇ ਯਤਨ ਆ। ਡਾਕਟਰਾਂ ਦੇ ਯਤਨ ਜਿਹੜੇ ਆ ਉਹ ਵੀ ਸਤਿਗੁਰਾਂ ਨੇ ਬਾਣੀ 'ਚ ਕਹਿ ਦਿੱਤਾ ਕਿ ਵੈਦ ਕਹੇ ਹਉ ਹੀ ਭਲਾ ਦਾਰੂ ਮੇਰਾ ਵਸ, ਇਹ ਤੋਂ ਬਸਤ ਗੋਪਾਲ ਕੀ ਜਪ ਭਾ ਵੈਲੇ ਖਸ। ਸਤਿਗੁਰਾਂ ਨੇ ਆਖਿਆ ਕੋਈ ਵੈਦ ਜਰਾ ਡਾਕਟਰ ਕਹੇ ਕਿ ਮੈਨੂੰ ਇਸ ਬਿਮਾਰੀ ਦਾ ਇਲਾਜ ਆਉਂਦਾ, ਮੇਰੇ ਕੋਲ ਇਹ ਦਵਾਈ ਆ, ਵੈਕਸੀਨ ਆ, ਮੇਰੇ ਕੋਲ ਫਾਰਮੂਲਾ, ਅਤੇ ਮੇਰੇ ਵਰਗਾ ਕੋਈ ਨਹੀਂ ਹੈ। ਜਾਂ ਜਿਵੇਂ ਸਾਡੇ ਕਈ ਵੀਰ ਕਹਿ ਰਹੇ ਉਹਨਾਂ ਡਾਕਟਰਾਂ ਨੂੰ ਪੂਜੋ, ਪਰ ਉਹਨਾਂ ਡਾਕਟਰਾਂ ਨੂੰ ਪੁੱਛੋ ਵੀ ਕਹਿੰਦੇ ਆ ਵੀ ਸਾਡਾ ਕੰਮ ਇਲਾਜ ਕਰਨਾ, ਦਵਾਈ ਦੇਣੀ ਆ, ਆਰਾਮ ਪਰਮਾਤਮਾ ਨੇ ਦੇਣਾ। ਕਿਸੇ ਡਾਕਟਰ ਕੋਲ ਜਾਓ, ਕੋਈ ਡਾਕਟਰ ਦਾਅਵਾ ਨਹੀਂ ਕਰਦਾ ਕਿ ਮੈਂ ਇਸ ਦਵਾਈ ਦਾ ਜਿਹੜਾ ਹੈਗਾ ਮਾਹਰ ਹਾਂ ਅਤੇ ਮੈਂ ਹੀ ਇਲਾਜ ਕਰ ਦੇਣਾ, ਮੈਂ ਬਿਮਾਰੀ ਦੂਰ ਕਰ ਦੇਣੀ। ਹਰ ਡਾਕਟਰ ਜਿਹੜਾ ਪਰਮਾਤਮਾ ਭਗਵਾਨ ਨੂੰ ਮੰਨਣ ਵਾਲਾ ਉਹ ਕਹਿੰਦਾ ਕਿ ਮੈਂ ਤਾਂ ਸਿਰਫ ਦਵਾਈ ਦੇਣੀ ਹੈ, ਇਲਾਜ ਕਰਨਾ ਆਰਾਮ ਪਰਮਾਤਮਾ ਨੇ ਦੇਣਾ। ਸੋ ਸਤਿਗੁਰਾਂ ਵੀ ਬਾਣੀ 'ਚ ਕਹਿ ਦਿੱਤਾ ਕਿ ਇਹ ਤਾਂ ਵਸਤ ਗੋਪਾਲ ਕੀ, ਅੱਜ ਇਹ ਵੈਕਸੀਨ ਨਹੀਂ ਲੱਭੀ, ਕੱਲ੍ਹ ਨੂੰ ਵੈਕਸੀਨ ਲੱਭਦੀ ਆ। ਪਹਿਲਾਂ ਵੀ ਬੜੀਆਂ ਮਹਾਂਮਾਰੀ ਹੈ, ਕੋਈ ਪਹਿਲੀ ਮਹਾਂਮਾਰੀ ਥੋੜ੍ਹੀ ਹੈ। ਇੱਥੇ ਕਿੰਨੀਆਂ ਬਿਮਾਰੀਆਂ ਫੈਲੀਆਂ, ਪਲੇਗ ਵਰਗੀ ਬਿਮਾਰੀ ਫੈਲੀ, ਹੋਰ ਬੜੀਆਂ ਬਿਮਾਰੀਆਂ ਫੈਲੀਆਂ ਪਹਿਲਾਂ ਵੀ, ਉਹਨਾਂ ਦਾ ਵੀ ਇਲਾਜ ਲੱਭਿਆ, ਉਹਨਾਂ ਦੀਆਂ ਵੀ ਦਵਾਈਆਂ ਲੱਭੀਆਂ। ਕੁਦਰਤ ਨੇ ਸਾਰਾ ਕੁਛ ਹੀ ਪਰਮਾਤਮਾ ਨੇ ਸਾਨੂੰ ਦਿੱਤਾ ਹੋਇਆ, ਕਾਦਰ ਦੀ ਕੁਦਰਤ ਆ, ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਉਹ ਵਾਹਿਗੁਰੂ ਪਰਮਾਤਮਾ ਅਕਾਲ ਪੁਰਖ ਦੀ ਕੁਦਰਤ ਵਿੱਚ ਸਾਰੀਆਂ ਚੀਜ਼ਾਂ ਦਿੱਤੀਆਂ।
ਕਿੰਨੀਆਂ ਜੜੀਆਂ ਬੂਟੀਆਂ ਨੇ, ਕਿੰਨੇ ਦਰਖਤ ਨੇ, ਕਿੰਨੇ ਫੁੱਲ ਫਲ ਆ ਜਿਹੜੇ ਕਿਸੇ ਮਰਜ਼ੀ ਦੇ ਇਲਾਜ ਵਾਸਤੇ ਵਰਤੇ ਜਾਂਦੇ, ਕਿੰਨੇ ਬੀਜ ਆ ਜਿਹੜੇ ਵਰਤੇ ਜਾਂਦੇ, ਕਿੰਨੀਆਂ ਉਹਨਾਂ ਤੋਂ ਹੀ ਦਵਾਈਆਂ ਬਣਦੀਆਂ, ਚਾਹੇ ਉਹ ਐਲੋਪੈਥੀ ਹੈ, ਹੋਮਿਓਪੈਥੀ ਹੈ, ਚਾਹੇ ਉਹ ਆਯੁਰਵੈਦਿਕ ਆ, ਸਾਰਾ ਕੁਛ ਹੀ ਇਹ ਜਿਹੜਾ ਉਸ ਵਾਹਿਗੁਰੂ ਪਰਮਾਤਮਾ ਨੇ ਸਾਨੂੰ ਪਹਿਲਾਂ ਹੀ ਦਿੱਤਾ ਹੋਇਆ। ਜਿਹੜੇ ਡਾਕਟਰ ਨੇ, ਵੈਦ ਜਰਾਹ ਨੇ, ਸਾਇੰਸਦਾਨ ਨੇ, ਉਸ ਚੀਜ਼ ਦੀ ਖੋਜ ਕਰਦੇ ਆ, ਉਹਨਾਂ ਬਣਾਇਆ ਕੁਛ ਨਹੀਂ, ਪਰਮਾਤਮਾ ਨੇ ਸਾਰਾ ਕੁਝ ਪਹਿਲਾਂ ਹੀ ਦਿੱਤਾ। ਜਿਵੇਂ ਪੰਜਾਂ ਤੱਤਾਂ ਦਾ ਸਰੀਰ ਆ, ਸਤਿਗੁਰ ਦੀ ਬਾਣੀ ਕਹਿੰਦੀ ਆ ਕਿ ਕੋਈ ਲਿਆਓ ਸਾਇੰਸਦਾਨ ਜਾਂ ਕੋਈ ਲਿਆਓ, ਕੋਈ ਸੇਵਾਂ ਤੱਤ ਪੈਦਾ ਕਰਕੇ ਦਿਖਾਓ। ਇਹ ਪੰਜਾਂ ਤੱਤਾਂ ਦਾ ਸਰੀਰ ਆ, ਕੋਈ ਸੇਵਾਂ ਤੱਤ ਪਾ ਕੇ ਦਿਖਾਓ। ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਸਭ ਕੁਝ ਪਹਿਲਾਂ ਹੀ ਦਿੱਤਾ ਹੋਇਆ। ਜਿਉਂ ਖੋਜੈ ਸੋ ਪਾਵੈ, ਜਿਉਂ ਜਿਵੇਂ ਖੋਜਾਂਗੇ ਖੋਜੀ ਉਪਜੈ ਬਾਦੀ ਵਿਣਸੈ। ਪਰ ਇਸ ਗੱਲ ਦੇ ਨਾਲ ਇਸ ਬਿਮਾਰੀ ਨੂੰ ਇੱਕ ਮਜ਼ਾਕ ਬਣਾ ਕੇ ਕਈਆਂ ਇਸ ਬਿਮਾਰੀ ਦੇ ਨਾਂ ਦੇ ਉੱਤੇ ਜਿਹੜਾ ਗੁਰੂ ਘਰਾਂ ਨੂੰ ਜਾਂ ਸੰਤ ਮਹਾਂਪੁਰਖ ਜਾਂ ਪ੍ਰਚਾਰ ਗੁਰੂ ਦੀ ਗੱਲ ਕਰਨ ਵਾਲਿਆਂ ਨੂੰ ਟਾਰਗੇਟ ਕਰਨਾ, ਮੈਂ ਇਹਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਾ। ਜਿਹੜੇ ਪਖੰਡੀ ਪੁੱਛਾਂ ਦੇਣ ਵਾਲੇ, ਫੂਕਾਂ ਮਾਰਨ ਵਾਲੇ ਜਾਂ ਇਹੋ ਜਿਹੇ ਇਲਾਜ ਦੇ ਦਾਅਵੇ ਕਰਨ ਵਾਲੇ, ਉਹਨਾਂ ਦੇ ਅਸੀਂ ਸਖ਼ਤ ਖਿਲਾਫ਼ ਪਹਿਲਾਂ ਵੀ ਰਹੇ ਹਾਂ, ਅੱਜ ਵੀ ਹਾਂ। ਪਰ ਮੈਂ ਇੱਕ ਬੇਨਤੀ ਕਰਦਾ ਕਿ ਉਹ ਵੀਰ ਭੁਲੇਖੇ 'ਚ ਨਾ ਰਹਿਣ। ਕਿਸੇ ਗੁਰੂ ਘਰ ਦਾ ਦਰਵਾਜ਼ਾ ਬੰਦ ਨਹੀਂ ਹੋਇਆ, ਗੁਰੂ ਘਰਾਂ ਦੇ ਦਰਵਾਜ਼ੇ ਖੁੱਲ੍ਹੇ ਆ, ਗੁਰੂ ਨਾਨਕ ਦੇ ਦਰ ਦੇ ਦਰਵਾਜ਼ੇ ਖੁੱਲ੍ਹੇ ਆ। ਕਿ ਜੇ ਸਾਧੂ ਸੰਤ ਮਹਾਂਪੁਰਖ ਦਾ ਡੇਰਾ ਬੰਦ ਨਹੀਂ ਹੋਇਆ, ਜਿਹੜੇ ਗੁਰੂ ਦੀ ਗੱਲ ਕਰਦੇ, ਗੁਰੂ ਦਾ ਸਤਿਕਾਰ ਕਰਦੇ, ਗੁਰੂ ਦਾ ਪ੍ਰਚਾਰ ਕਰਦੇ ਆ, ਉਹ ਸਾਰੀਆਂ ਸੰਤ ਸੰਪਰਦਾਵਾਂ, ਉਹ ਸੰਤ ਮਹਾਂਪੁਰਖਾਂ ਦੇ ਅਸਥਾਨ, ਉਹ ਸਾਰੇ ਦਰਵਾਜ਼ੇ ਖੁੱਲ੍ਹੇ ਆ ਅਤੇ ਉਹ ਸੇਵਾ 'ਚ ਲੱਗੇ ਆ ਸਾਡੀਆਂ ਸਿੱਖ ਜਥੇਬੰਦੀਆਂ। ਮੈਂ ਇੱਕ ਬੇਨਤੀ ਕਰਾਂ, ਇਕੱਲੇ ਡਾਕਟਰ ਨਹੀਂ ਸੇਵਾ 'ਚ ਲੱਗੇ, ਕਿੰਨੀਆਂ ਸਾਡੀਆਂ ਸਿੱਖ ਸੰਸਥਾਵਾਂ ਸੇਵਾ 'ਚ ਲੱਗੀਆਂ ਨੇ, ਕਿੰਨੇ ਵਲੰਟੀਅਰ ਸੇਵਾ 'ਚ ਲੱਗੇ ਆ, ਕਿੰਨੀਆਂ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਸੇਵਾ ਦੇ ਵਿੱਚ ਸਮਰਪਿਤ ਨੇ, ਕਿੰਨੀਆਂ ਸੰਤ ਸੰਪਰਦਾਵਾਂ ਦੇ ਵਿੱਚੋਂ ਵੀ ਕਿੰਨੇ ਸੇਵਾਦਾਰ ਜਿਹੜੇ ਆਪਣੇ ਤੌਰ 'ਤੇ। ਮੈਂ ਇੱਥੇ ਇੰਗਲੈਂਡ 'ਤੇ ਹਾਂ, ਇੱਥੇ KTV ਚੱਲਦਾ, ਇੱਥੇ ਅਕਾਲ ਚੈਨਲ ਚੱਲਦਾ, ਇੱਥੇ ਸਿੱਖ ਚੈਨਲ ਚੱਲਦਾ, ਹੋਰ ਚੈਨਲ, ਹੋਰ ਰੇਡੀਓ ਅਦਾਰੇ, ਉਹਨਾਂ ਨੇ ਬਕਾਇਦਾ ਨੰਬਰ ਫਲੈਸ਼ ਕੀਤੇ ਆ, ਵਲੰਟੀਅਰ ਉਹਨਾਂ ਨੇ ਸੇਵਾ 'ਚ ਲਾਏ ਆ ਕਿ ਜਿਹੜੇ ਬਜ਼ੁਰਗ ਆ ਉਹ ਘਰਾਂ 'ਚੋਂ ਮਾਰਕੀਟ 'ਚ ਜਾਣ ਦਾ ਤਕਲੀਫ ਨਾ ਲੈਣ, ਅਸੀਂ ਸਾਨੂੰ ਕਾਲ ਕਰਨ, ਅਸੀਂ ਘਰਾਂ 'ਚ ਰਾਸ਼ਨ ਪਹੁੰਚਾਵਾਂਗੇ। ਤਾਂ ਦੇਖੋ ਉਹਨਾਂ ਨੇ ਦਰਵਾਜ਼ੇ, ਗੁਰੂ ਕੇ ਸਿੱਖਾਂ ਨੇ ਉਹ ਸਿੱਖ ਚੈਨਲ, ਚਾਹੇ ਉਹ KTV ਆ, ਚਾਹੇ ਉਹ ਅਕਾਲ ਚੈਨਲ ਆ, ਉਹਨਾਂ ਨੇ ਦੇਖੋ ਦਰਵਾਜ਼ੇ ਖੋਲ੍ਹੇ ਹੋਏ ਆ, ਅਤੇ ਦਰਵਾਜ਼ੇ ਹੀ ਨਹੀਂ ਖੋਲ੍ਹੇ, ਉਹਨਾਂ ਨੇ ਖੁਦ ਘਰਾਂ ਤੱਕ ਪਹੁੰਚ ਕਰਕੇ ਉਹ ਬਜ਼ੁਰਗਾਂ ਤੱਕ ਰਾਸ਼ਨ ਪਹੁੰਚਾ ਰਹੇ ਆ। ਅਤੇ ਕਿੰਨੇ ਸੇਵਾਦਾਰ ਆ ਜਿਹੜੇ ਰਾਸ਼ਨ ਦੇ ਰਹੇ ਆ, ਜਿਨ੍ਹਾਂ ਨੇ ਆਪਣੇ ਸਟੋਰਾਂ ਤੋਂ ਰਾਸ਼ਨ ਇਹਨਾਂ TV ਚੈਨਲਾਂ 'ਤੇ ਪਹੁੰਚਦਾ ਕਰ ਦਿੱਤਾ, ਵੀ ਲਓ ਜਦੋਂ ਕਿਸੇ ਦਾ ਫੋਨ ਆਉਂਦਾ ਤੁਸੀਂ ਇਹ ਰਾਸ਼ਨ ਉਹਨਾਂ ਦੇ ਘਰ ਪਹੁੰਚਾਓ। ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਜਿਹੜੇ ਕੁਝ ਸਟੋਰਾਂ ਵਾਲਿਆਂ ਨੇ ਦੋਹਰੇ ਰੇਟ ਲਾਏ ਆ, ਉਹਨਾਂ ਨੂੰ TV ਚੈਨਲਾਂ ਤੋਂ ਵੀ ਬੇਨਤੀ ਕੀਤੀ ਗਈ ਵੀ ਇਹ ਮਹਾਂਮਾਰੀ ਹੈ, ਇਹਦੇ 'ਚ ਕੋਈ ਇਹੋ ਜਿਹੇ ਪ੍ਰੋਫਿਟ ਦੀ ਗੱਲ ਜਿਹੜੀ ਸੋਚਣੀ, ਲਾਲਚ ਕਰਨਾ, ਇਹ ਬਹੁਤ ਮਾੜੀ ਗੱਲ ਆ, ਮੰਦਭਾਗੀ ਗੱਲ ਹੈ, ਇਸ ਤੋਂ ਗੁਰੇਜ਼ ਕਰਨਾ ਚਾਹੀਦਾ। ਜੋ ਸਰਕਾਰੀ ਰੇਟ ਨੇ ਜਿਹੜੀਆਂ ਵਸਤਾਂ, ਮੈਂ ਇੱਕ ਹੋਰ ਬੇਨਤੀ ਕਰਾਂ, ਕੋਈ ਵਸਤ ਮੁੱਕਣ ਵਾਲੀ ਨਹੀਂ ਹੈ, ਸਾਰੀਆਂ ਵਸਤਾਂ ਦੀ ਸਪਲਾਈ ਸਰਕਾਰਾਂ ਨੇ ਇਸੇ ਤਰ੍ਹਾਂ ਚਾਲੂ ਰੱਖਣੀ ਆ। ਦੇਖੋ ਕਰਫਿਊ ਲੱਗਿਆ ਸੀ ਭਾਰਤ ਦੇ ਅੰਦਰ, ਅਤੇ ਮੈਂ ਸਾਰਾ ਸੁਣਿਆ ਅਤੇ ਪੜ੍ਹਿਆ ਅਤੇ ਸੰਪਰਕ ਵੀ ਹੋਇਆ ਕਿ ਮੈਡੀਕਲ ਖੁੱਲ੍ਹੇ ਸਨ, ਕਰਿਆਨਾ ਸਟੋਰ ਖੁੱਲ੍ਹੇ ਸਨ, ਪੈਟਰੋਲ ਪੰਪ ਖੁੱਲ੍ਹੇ ਸਨ, ਹੋਸਪਿਟਲ ਖੁੱਲ੍ਹੇ ਸਨ, ਇਸੇ ਤਰ੍ਹਾਂ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਸੀਗੀਆਂ ਉਹ ਸਾਰੀਆਂ ਜਗ੍ਹਾ ਜਿਹੜੀਆਂ ਖੁੱਲ੍ਹੀਆਂ ਹੋਈਆਂ ਸੀਗੀਆਂ, ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਆਉਣੀ। ਜਿਹੜੇ ਖਾਦ ਪਦਾਰਥ ਆ ਉਹਨਾਂ ਦੀ ਵੀ ਕਮੀ ਨਹੀਂ ਆਉਣੀ, ਭੰਡਾਰ ਭਰੇ ਪਏ ਆ, ਸਟੋਰ ਭਰੇ ਪਏ ਆ, ਮਿੱਲਾਂ ਲੱਗੀਆਂ, ਫੈਕਟਰੀਆਂ ਲੱਗੀਆਂ ਨੇ, ਨਾਲੋ ਨਾਲ ਸਪਲਾਈ ਆਈ ਜਾਣੀ ਹੈ। ਅੱਜ ਤੁਸੀਂ ਘਰਾਂ ਦੇ ਵਿੱਚ ਸਾਲ ਸਾਲ ਦਾ ਰਾਸ਼ਨ ਇਕੱਠਾ ਕਰ ਲਓਗੇ, ਸਾਲ ਤੁਹਾਨੂੰ ਖਰੀਦਣ ਦੀ ਲੋੜ ਨਹੀਂ ਪੈਣੀ, ਪਰ ਸਟੋਰਾਂ ਦੇ ਉੱਤੇ ਉਹ ਸਮਾਨ ਫੇਰ ਆ ਜਾਣਾ। ਸਮਾਨ ਤਾਂ ਨਾਲੋ ਨਾਲ ਸਪਲਾਈ ਆ, ਜਿੱਦਾਂ ਸਪਲਾਈ ਆਉਂਦੀ ਸੀ ਉਸੇ ਤਰ੍ਹਾਂ ਸਟੋਰਾਂ 'ਤੇ ਸਪਲਾਈ ਆ ਰਹੀ ਹੈ। ਸੋ ਮੈਂ ਬੇਨਤੀ ਕਰਨੀ ਚਾਹੁੰਦਾ, ਦੇਖੋ ਸਟੋਰਾਂ ਨੇ ਕਈਆਂ ਨੇ ਸੇਵਾ ਕੀਤੀ ਆ, ਉਹਨਾਂ TV ਚੈਨਲਾਂ ਦੇ ਉੱਤੇ ਜਿਹੜੇ ਪਦਾਰਥ ਪਹੁੰਚਾ ਦਿੱਤੇ ਆ, ਵੀ ਕਿਸੇ ਨੂੰ ਘਰੋਂ ਜਾਣ 'ਚ ਪ੍ਰੋਬਲਮ ਆ, ਬਜ਼ੁਰਗ ਬਾਹਰ ਨਾ ਜਾਣ, ਜਿਵੇਂ ਸਰਕਾਰਾਂ ਨੇ ਕਿਹਾ ਕਿ ਬਜ਼ੁਰਗਾਂ 'ਤੇ ਬਿਮਾਰੀ ਜ਼ਿਆਦਾ ਅਸਰ ਕਰਦੀ ਆ, ਉਹਨਾਂ ਦਾ ਇਮਿਊਨ ਸਿਸਟਮ ਜਿਹੜਾ ਉਹ ਥੋੜ੍ਹਾ ਕਮਜ਼ੋਰ ਹੁੰਦਾ, ਨੌਜਵਾਨ ਜਾ ਕੇ ਉੱਥੇ ਸੇਵਾ ਨਿਭਾ ਰਹੇ ਆ। ਮੈਂ ਇਹਨਾਂ ਸੰਸਥਾਵਾਂ ਦੀ, ਇਹਨਾਂ TV ਚੈਨਲਾਂ ਦੀ, ਇਹਨਾਂ ਜਥੇਬੰਦੀਆਂ ਦੀ ਮੈਂ ਸ਼ਲਾਘਾ ਵੀ ਕਰਦਾ, ਉਹਨਾਂ ਵਲੰਟੀਅਰਾਂ ਦੀ ਜਿਹੜੇ ਸੇਵਾ ਕਰ ਰਹੇ ਆ, ਅਤੇ ਸਾਰਿਆਂ ਨੂੰ ਮੈਂ ਇੱਕੋ ਹੀ ਬੇਨਤੀ ਕਰਦਾ ਕਿ ਆਓ, ਸਾਰਾ ਕੁਛ ਉਹ ਪਰਮਾਤਮਾ ਦੇ ਵਾਸਾ, ਅਕਾਲ ਪੁਰਖ ਵਾਹਿਗੁਰੂ ਭਗਵਾਨ ਦੇ। ਉਹ ਪਰਮਾਤਮਾ ਜਦੋਂ ਕੁਝ ਵੀ ਨਹੀਂ ਸੀ ਉਦੋਂ ਵੀ ਸੀਗਾ, ਆਹ ਸ੍ਰਿਸ਼ਟੀ ਸਾਜੀ ਆ ਉਹਨੇ 84 ਲੱਖ ਜੂਨਾਂ, ਅੱਜ ਵੀ ਉਹ ਪਰਮਾਤਮਾ, ਜਦੋਂ ਇਹ ਸਾਰਾ ਕੁਝ ਮਹਾਂਪਰਲੋ ਖਤਮ ਹੋ ਜਾਣਾ, ਪਰਮਾਤਮਾ ਫਿਰ ਵੀ ਹੋਣਾ। ਉਹ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸਾਨੂੰ ਸਾਰਿਆਂ ਨੂੰ ਉਸ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਅੱਗੇ ਅਰਦਾਸ ਕਰਨੀ ਚਾਹੀਦੀ ਹੈ। ਕੋਈ ਮੰਦਰ ਜਾਣ ਵਾਲਾ, ਕੋਈ ਮਸਜਿਦ ਜਾਣ ਵਾਲਾ, ਕੋਈ ਚਰਚ ਜਾਣ ਵਾਲਾ, ਅਤੇ ਅਸੀਂ ਗੁਰੂ ਘਰ ਜਾਣ ਵਾਲੇ, ਅਸੀਂ ਆਪਣੇ ਗੁਰੂ ਦੇ ਅੱਗੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਸੇਵਾ ਦਾ ਬਲ ਬਖਸ਼ੋ,
ਤੇ ਜਿਹੜੀਆਂ ਜਿਹੜੇ ਵੀਰ ਲੱਗੇ ਆ ਵਲੰਟੀਅਰ ਜਾਂ ਡਾਕਟਰ ਆ ਜਾਂ ਸਾਇੰਸਦਾਨ ਖੋਜ 'ਚ ਲੱਗੇ ਉਹਨਾਂ 'ਤੇ ਕਿਰਪਾ ਕਰੋ, ਉਹਨਾਂ ਦੇ ਦਿਮਾਗ 'ਚ ਐਸਾ ਹੁਨਰ ਪੈਦਾ ਕਰੋ ਕਿ ਇਸ ਬਿਮਾਰੀ ਦੀ ਵੈਕਸੀਨ ਦਵਾਈ ਲੱਭ ਲੈਣ ਤਾਂ ਕਿ ਇਹਦਾ ਇਲਾਜ ਹੋ ਸਕੇ। ਮਹਾਂਮਾਰੀ ਜਿਹੜੀ ਆ ਉਹ ਵੱਡੀ ਪੱਧਰ 'ਤੇ ਜਿੱਦਾਂ ਅੱਜ ਫੈਲੀ ਹੈ ਇਸ ਨੂੰ ਰੋਕਿਆ ਜਾ ਸਕੇ, ਕੰਟਰੋਲ ਹੋ ਸਕੇ। ਸਾਰੇ ਕੰਮ ਕਾਜ ਬੰਦ ਹੋ ਰਹੇ ਆ, ਸਾਰੇ ਦੇਸ਼ ਜਿਹੜੇ ਲਾਕਡਾਊਨ ਬੰਦ ਹੋ ਰਹੇ, ਫਲੈਟਾਂ ਬੰਦ ਹੋ ਰਹੀਆਂ ਨੇ, ਇੱਕ ਤੋਂ ਦੂਜੇ ਦੇਸ਼ ਜਾਣਾ ਜਿਹੜਾ ਮੁਸ਼ਕਲ ਹੋਇਆ ਪਿਆ। ਸੋ ਇਸ ਕਾਰਨ ਕਰਕੇ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਉਸ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਅੱਗੇ ਅਰਦਾਸ ਕਰੀਏ, ਉਸ ਪਰਮਾਤਮਾ ਦੀ ਖੇਡ ਉਹ ਜੋ ਬਾਜੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ, ਉਹ ਤਾਂ ਉਹ ਵਾਹਿਗੁਰੂ ਅਕਾਲ ਪੁਰਖ ਦੀ ਜਿਵੇਂ ਆਪਾਂ ਦੇਖਦੇ ਹਾਂ ਕਿ ਬਾਜੀਗਰ ਝੋਲੇ ਦੇ ਵਿੱਚੋਂ ਕਿੰਨਾ ਕੁਝ ਕੱਢ ਕੱਢ ਕੇ ਰੱਖ ਦਿੰਦਾ, ਉਹ ਪਸਾਰਾ ਹੋ ਜਾਂਦਾ, ਮੁੜ ਕੇ ਉਹ ਬਾਜੀਗਰ ਸਾਰਾ ਕੁਝ ਚੁੱਕ ਕੇ ਅਤੇ ਉਹਦੇ ਵਿੱਚ ਜਿਹੜਾ ਹੈਗਾ ਉਹ ਪਾ ਦਿੰਦਾ ਅਤੇ ਫਿਰ ਉਹੀ ਰਹਿ ਜਾਂਦਾ ਬਾਜੀਗਰ। ਇਸੇ ਤਰ੍ਹਾਂ ਉਹ ਪਰਮਾਤਮਾ ਦਾ ਸਾਰਾ ਪਿਸ਼ਾਰਾ ਵਾ, ਜਦੋਂ ਉਹਨੇ ਜਿਸ ਤਰੀਕੇ ਨਾਲ ਹਰੀ ਨਹੀਂ ਨਾ ਡੱਡਰੀ ਪੱਕੀ ਵੱਢਣ ਹਾਰ, ਉਹ ਵਾਹਿਗੁਰੂ ਦੀ ਫਸਲ ਆ। ਸਾਰਾ ਸੰਸਾਰ ਉਹ ਚਾਹੇ ਕਿਸੇ ਨੂੰ ਬਚਪਨ, ਚਾਹੇ ਜਵਾਨੀ, ਚਾਹੇ ਬੁਢਾਪੇ, ਚਾਹੇ ਉਹ ਹਰੀ ਵੱਢ ਲਏ, ਚਾਹੇ ਪੱਕੀ ਵੱਢ ਲਏ, ਚਾਹੇ ਉਹ ਇੱਕ ਇੱਕ ਕਰਕੇ ਅਤੇ ਚਾਹੇ ਇੱਕੋ ਵਾਰੀ 'ਚ ਸੁਨਾਮੀਆਂ, ਹੜ੍ਹ, ਭੁਚਾਲ ਕਿੰਨਾ ਕੁਛ ਆ ਜਾਂਦਾ, ਉਸ ਵਾਹਿਗੁਰੂ ਅਕਾਲ ਪੁਰਖ ਦੇ ਹੁਕਮ 'ਚ ਸਾਰਾ ਕੁਛ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ। ਇਸ ਕਰਕੇ ਸਾਨੂੰ ਉਹਦੇ ਹੁਕਮ ਦੇ ਵਿੱਚ ਆਉਣਾ ਚਾਹੀਦਾ, ਉਹਦੀ ਹੁਕਮ ਦੀ ਖੇਡ ਨੂੰ ਸਮਝਣਾ ਚਾਹੀਦਾ। ਸੋ ਮੈਂ ਇਹੀ ਬੇਨਤੀ ਸੰਗਤਾਂ ਦੇ ਚਰਨਾਂ 'ਚ ਕਰੂੰਗਾ ਕਿ ਗੁਰੂ ਘਰਾਂ ਦੇ ਦਰਵਾਜ਼ੇ ਵੀ ਖੁੱਲ੍ਹੇ ਆ, ਸੰਗਤਾਂ ਅਰਦਾਸਾਂ ਵੀ ਕਰ ਰਹੀਆਂ, ਅਤੇ ਸਾਨੂੰ ਸਾਰਿਆਂ ਨੂੰ ਉਸ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਅੱਗੇ ਅਰਦਾਸ ਕਰਨੀ ਚਾਹੀਦੀ ਆ, ਸਾਰਿਆਂ ਦੀ ਸੁੱਖ ਮੰਗਣੀ ਚਾਹੀਦੀ ਆ, ਇੱਕ ਦੂਜੇ ਦੀ ਮਦਦ ਜਿਹੜੀ ਆ ਇਹੋ ਜਿਹੇ ਸਮੇਂ ਦੇ ਵਿੱਚ ਇੱਕ ਦੂਜੇ ਦੀ ਸਾਨੂੰ ਮਦਦ ਕਰਨੀ ਚਾਹੀਦੀ, ਜਿਹੜੇ ਮਦਦ ਕਰ ਸਕਦੇ, ਅਤੇ ਜੋ ਹਦਾਇਤਾਂ ਸਾਨੂੰ ਗੁਰੂ ਘਰਾਂ ਵੱਲੋਂ, ਪ੍ਰਬੰਧਕ ਕਮੇਟੀਆਂ ਵੱਲੋਂ ਜਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਆ ਰਹੀਆਂ, ਉਹਨਾਂ ਦਾ ਪਾਲਣ ਕਰਨਾ ਚਾਹੀਦਾ, ਕਿਉਂਕਿ ਉਹ ਸਾਰੇ ਮਨੁੱਖਤਾ ਦੇ ਭਲੇ ਲਈ, ਸਾਡੇ ਭਲੇ ਵਾਸਤੇ ਹੀ ਸਾਰਾ ਕੁਝ ਕਹਿ ਰਹੇ ਆ। ਜੇ ਕਿਤੇ ਕਰਫਿਊ ਦੀ ਗੱਲ ਆਉਂਦੀ ਆ, ਜੇ ਕਿਤੇ ਇਕੱਠ ਜਿਹੜੇ ਆ ਘੱਟ ਕਰਨ ਦੀ ਗੱਲ ਆਉਂਦੀ ਆ, ਜੇ ਕਿਤੇ ਜਿਹੜਾ ਹੈਗਾ ਆਪਣੇ ਪ੍ਰੋਗਰਾਮ ਕੈਂਸਲ ਕਰਨ ਦੀ ਗੱਲ ਆਉਂਦੀ ਆ ਕਿ ਵੱਡੇ ਫੰਕਸ਼ਨ ਕੈਂਸਲ ਕੀਤੇ, ਸਾਰਾ ਕੁਛ ਮਨੁੱਖਤਾ ਦੇ ਭਲੇ ਵਾਸਤੇ ਆ। ਸਾਨੂੰ ਇਹ ਆਪਣੀਆਂ ਸੰਸਥਾਵਾਂ ਦੀ, ਗੁਰੂ ਘਰਾਂ ਦੀ ਅਤੇ ਜੋ ਸਰਕਾਰਾਂ ਨੇ ਉਹਨਾਂ ਦੀ ਗੱਲ ਜਿਹੜੀ ਉਹ ਮੰਨਣੀ ਚਾਹੀਦੀ, ਪੂਰਾ ਇੱਕ ਦੂਜੇ ਦਾ ਸਹਿਯੋਗ ਦੇਣਾ ਚਾਹੀਦਾ ਤਾਂ ਕਿ ਇਸ ਮਹਾਂਮਾਰੀ ਨੂੰ ਰੋਕਿਆ ਜਾ ਸਕੇ। ਭੁੱਲਾਂ ਚੁੱਕਾਂ ਦੀ ਖਿਮਾ, ਬਹੁਤ ਬਹੁਤ ਧੰਨਵਾਦ ਸੰਗਤਾਂ ਦਾ, ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।